ਮੁਸ਼ਰਫ ਮਲਿਕ ਸਾਹਿਬ, ਤੁਹਾਡੇ ਨਾਲ ਗੱਲ ਹੋ ਰਹੀ ਹੈ ਦੁਬਈ, ਤੁਸੀਂ ਬੈਠੇ ਹੋ, ਮੈਂ ਕੈਨੇਡਾ ਬੈਠਾ ਹਾਂ, ਅਤੇ ਤੁਸੀਂ ਕੁਝ ਸਵਾਲ ਪੁੱਛਣੇ ਆ ਵਰਕ ਪਰਮਿਟ ਦੇ ਬਾਰੇ। ਤੁਸੀਂ ਮੈਨੂੰ ਇਹ ਦੱਸੋ ਕਿ ਵਰਕ ਪਰਮਿਟ ਤੁਹਾਨੂੰ ਕੋਈ ਆਫਰ ਕਰ ਰਿਹਾ ਹੈ, ਜੋਬ ਕਿਸ ਚੀਜ਼ ਦੀ ਹੈ, ਵਾਟ ਇਜ਼ ਦਾ ਜੋਬ ਕੈਟੇਗਰੀ, ਟਾਈਟਲ ਕੀ ਹੈ? ਜੋਬ ਟਾਈਟਲ ਇਜ਼ ਅਕਾਊਂਟੈਂਟ ਐਕਚੁਅਲੀ। ਤਨਖਾਹ ਕਿੰਨੀ ਹੈ? ਤਨਖਾਹ ਹੈ 1275 ਕੈਨੇਡੀਅਨ ਡਾਲਰ। 1275 ਕੈਨੇਡੀਅਨ ਡਾਲਰ ਹੈ ਮਹੀਨੇ ਦੀ? ਸੋਰੀ ਸੋਰੀ, ਦਿਸ ਇਜ਼ 2275 ਕੈਨੇਡੀਅਨ ਡਾਲਰ। ਯੈਸ, 2275 ਤਾਂ ਠੀਕ ਹੈ, ਚਲੋ ਗਲਤ ਕਲਿੱਕ ਹੁੰਦੀ ਹੈ, ਮੈਂ ਕਿਹਾ 1200। ਅੱਛਾ, ਤੇ ਆ ਜਿਹੜਾ ਜੋਬ ਦੇ ਰਿਹਾ, ਕੰਪਨੀ ਦਾ ਨਾਮ ਕੀ ਹੈ ਜਿਹੜੇ ਇੰਪਲੋਇਰ? ਇਹ ਕੰਪਨੀ ਦਾ ਨਾਮ ਹੈ ਵੈਸਟਰਨ ਕੰਪਨੀ, ਵੈਸਟਰਨ ਜੋਰਜ ਕੰਪਨੀ, ਫੂਡ ਮੈਨੂਫੈਕਚਰਿੰਗ ਕੰਪਨੀ ਕੈਨੇਡਾ ਚ। ਅੱਛਾ, ਇਹਨਾਂ ਨੇ ਤੁਹਾਨੂੰ LMIA ਦਿੱਤਾ ਹੋਇਆ? ਜੀ, LMIA ਅਪਰੂਵਲ ਹੈ ਮੇਰੇ ਕੋਲ। LMIA ਦਾ ਨੰਬਰ ਵਾਰਾ ਤੁਹਾਡੇ ਕੋਲ ਹੈ, ਦੇਖ ਸਕਦੇ ਹੋ ਕੁਛ? ਕੈਨ ਯੂ ਸ਼ੋ ਮੀ ਟੂ ਮੀ, ਦਿਖਾ ਸਕਦੇ ਹੋ ਕੁਛ ਇਸ ਵਕਤ? ਹਾਂਜੀ ਹਾਂ, ਬਿਲਕੁਲ ਬਿਲਕੁਲ, ਇਹ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ ਇਸ ਵਕਤ। ਇਸ ਵਕਤ ਤੁਸੀਂ LMIA ਮੈਨੂੰ WhatsApp ਤੇ ਭੇਜ ਸਕਦੇ ਹੋ ਰਾਈਟ ਨਾਓ? ਜੀ, ਸ਼ੋਰ ਸ਼ੋਰ, ਆਈ ਵਿਲ ਸੈਂਡ ਇਟ ਟੂ ਯੂ। ਤੁਸੀਂ ਆਪਣੇ ਆਪਣਾ ਗੱਲਬਾਤ ਚਾਲੂ ਰੱਖੋ, ਤੇ ਨਾਲ ਨਾਲ ਆਪਣਾ WhatsApp ਤੇ ਉਹ LMIA ਦਿਓ ਮੈਨੂੰ ਪਹਿਲਾਂ। ਤੇ ਇਹ ਕੌਣ ਹੈ ਜਿਹੜੇ ਲੋਕ ਤੁਹਾਨੂੰ ਉਹ ਜੋਬ ਦੇ ਰਹੇ ਹੈ? ਕੋਈ ਏਜੰਟ ਕੰਸਲਟੈਂਟ ਵਾਲਾ? ਕੈਨੇਡਾ ਦੇ ਕੌਣ ਲੋਕ ਹੈ, ਕਿੱਥੇ ਨੇ ਬੈਠੇ ਹੈ, ਕੌਣ ਹੈ, ਇਹਨਾਂ ਦੀ ਕੰਪਨੀ ਦਾ ਨਾਮ ਕੀ ਹੈ? ਕੰਪਨੀ ਦਾ ਨਾਮ ਹੈ, ਬੜੀ ਮੇਰੇ ਕੋਲ ਡਿਟੇਲਸ ਹੈ ਉੱਥੇ ਦੇ, ਕੈਨੇਡਾ ਕੋਈ ਕੰਸਲਟੈਂਟ ਹੈ, ਠੀਕ ਹੈ, ਉਹਦਾ ਉਹਦਾ ਰਜਿਸਟ੍ਰੇਸ਼ਨ ਕਾਰਡ ਵੀ ਹੈ, ਨੰਬਰ ਵੀ ਹੈ, ਮੈਂ ਦੇਖ ਲਾਂਗਾ, ਕੋਈ ਗੱਲ ਨਹੀਂ, ਦੱਸੋ ਕਿ ਤੁਸੀਂ LMIA ਭੇਜਤਾ ਮੈਨੂੰ ਆਪਣਾ WhatsApp ਤੇ? WhatsApp 'ਚ ਮੈਂ, ਤੁਸੀਂ ਨਹੀਂ ਹੋ, ਮੈਂ ਤੁਹਾਨੂੰ ਇੱਥੇ ਹੀ ਦੇ ਭੇਜ ਦੇਣਾ, ਕੀ ਕਹਿ ਰਹੇ ਹਾਂ, ਸਕਾਈਪ 'ਚ ਹੀ? ਨਹੀਂ, ਸਕਾਈਪ ਤੇ ਨਹੀਂ, ਨਾ ਨਾ ਨਾ, ਆਈ ਕਾਂਟ ਟੇਕ ਇਟ ਔਨ ਸਕਾਈਪ, ਸਕਾਈਪ ਤੇ ਨਾ ਭੇਜੋ, WhatsApp, WhatsApp ਤੇ ਮੇਰਾ ਨਾਮ ਨੰਬਰ ਤੁਹਾਡੇ ਕੋਲ ਹੈ, ਮੇਰਾ ਨੰਬਰ 780 ਵਾਲਾ, ਉੱਥੇ WhatsApp ਕਰੋ, ਸਕਾਈਪ ਤੇ ਨਾ ਦਿਓ, ਪਲੀਜ਼ ਡੋਂਟ ਸੈਂਡ ਇਟ ਔਨ ਸਕਾਈਪ। ਓਕੇ, ਤੁਹਾਡਾ ਸਕਰੀਨ ਕੱਟ ਗਿਆ ਬਾਰ ਬਾਰ, ਸਕਰੀਨ ਸਕਾਈਪ ਨੂੰ ਨਾ ਤੁਸੀਂ ਛੇੜੋ, ਤੁਸੀਂ WhatsApp ਆਪਣਾ ਫੋਨ ਖੋਲ ਕੇ, ਫੋਨ ਤੇ ਗੱਲਬਾਤ ਚੱਲ ਰਹੀ ਹੈ ਜਾਂ? ਜੀ ਜੀ, ਫੋਨ ਚ ਚੱਲ ਰਹੀ ਹੈ। ਹਾਂ, ਤੇ ਦੂਸਰਾ ਕੋਈ ਫੋਨ ਅਗਰ ਹੈ ਤੇ ਉੱਥੋਂ ਤੁਸੀਂ WhatsApp ਕਰ ਸਕਦੇ ਹੋ, ਅਦਰਵਾਈਜ਼ ਇਹ ਫੋਨ ਕਨੈਕਸ਼ਨ ਕੱਟ ਜਾਏਗਾ। ਨੰਬਰ ਤੁਸੀਂ ਆਪਣਾ ਦੇ ਦਿਓਗਾ ਤਾਂ ਕਿ ਮੈਂ ਫਿਰ? ਹਾਂਜੀ ਹਾਂਜੀ, ਲਿਖ ਲਓ, ਕੈਨੇਡਾ ਨੰਬਰ 780 7807 4831, ਇਸ ਨੰਬਰ ਤੇ ਮੈਨੂੰ LMIA ਇਮੀਡੀਏਟਲੀ ਦਿਓ ਪਲੀਜ਼, ਵਿਦਆਊਟ ਡਿਲੇ, ਲੈਟਸ ਟੇਕ ਅ ਲੁੱਕ ਕੀ ਲਿਖਿਆ LMIA ਤੇ। ਸੋ ਇਹ ਮਤਲਬ ਪੈਸੇ ਵਗੈਰਾ ਕਿੰਨੇ ਚਾਰਜ ਕਰ ਰਹੇ ਹੈ? ਮੇਰੇ ਕੋਲ ਸਰ ਕੰਸਲਟੈਂਸੀ ਫੀਸ ਲੈ ਰਿਹਾ $100, ਲੇਕਿਨ ਇਸ ਤੋਂ ਪਹਿਲੇ ਕਹਿ ਰਿਹਾ ਕਿ ਤੁਸੀਂ ਕੈਨੇਡਾ ਅੰਬੈਸੀ ਚ, UAE ਦੀ ਕੈਨੇਡਾ ਅੰਬੈਸੀ, ਤੁਸੀਂ ਇਹਨੂੰ ਵੈਰੀਫਾਈ ਕਰ ਸਕਦੇ ਹੋ, ਠੀਕ ਹੈ, ਓਕੇ, ਔਰ ਬਾਕੀ ਮੈਨੂੰ ਉਹ ਜਿਹੜਾ ਕਨਫਰਮੇਸ਼ਨ ਲੈਟਰ ਵੀ ਮਿਲਿਆ, ਉਸ ਤੋਂ ਬਾਅਦ LMIA ਅਪਰੂਵਲ ਹੈ ਜਿਹੜਾ ਮੇਰੇ ਕੋਲ ਹੈ, ਮੇਰੇ ਨਾਮ ਦਾ ਹੈ। ਓਕੇ, ਤੇ ਸਟਾਪ ਸਟਾਪ ਸਟਾਪ, ਜਸਟ ਅ ਮਿੰਟ, ਜਸਟ ਅ ਸੈਕਿੰਡ, ਓਕੇ, ਉਹ LMIA ਆਏਗਾ ਤਾਂ ਦੇਖ ਲਾਂਗੇ, ਪਰ ਇਹ ਜਿਹੜਾ ਉਹਨਾਂ ਨੇ ਜਿਹੜਾ ਲਫ਼ਜ਼ ਕਿਹਾ ਹੈ ਕਿ ਵੀ ਤੁਸੀਂ ਐਮਬੈਸੀ ਜਾ ਕੇ ਵੈਰੀਫਾਈ ਕਰ ਲਓ, ਇਹ ਤੇ ਕੋਈ ਪ੍ਰੋਸੀਜਰ ਨਹੀਂ ਹੋਇਆ ਨਾ, ਐਮਬੈਸੀ ਵਾਲੇ ਉਹ ਬੈਠੇ ਥੋੜ੍ਹੀ ਹੈ, ਡੈਸਕ ਲਾ ਕੇ ਵੀ ਲਿਆਓ ਜੀ, ਆਪਾਂ ਕਾਗਜ਼ ਚੈੱਕ ਕਰਾ ਲਾਂਗੇ ਜੀ, ਤੁਸੀਂ ਦੱਸ ਦਿਓ ਯੈਸ ਨੋ, ਐਮਬੈਸੀ ਦਾ ਕੰਮ ਨਹੀਂ ਹੈ ਚੈੱਕ ਕਰਨਾ ਜਾਂ ਕਰਵਾਉਣਾ, ਅਤੇ ਇੱਦਾਂ ਤੁਸੀਂ, ਮੇਰੇ ਖਿਆਲ ਹੈ ਜਿਹੜੀ ਕੈਨੇਡੀਅਨ ਐਮਬੈਸੀ ਹੈ ਅਬੂ ਧਾਬੀ, ਤੁਸੀਂ ਉੱਧਰ ਅੰਦਰ ਐਂਟਰ ਵੀ ਨਹੀਂ ਕਰ ਸਕਦੇ ਕਿ ਬਈ ਮੈਂ ਜੀ ਕਾਗਜ਼ ਦੇ ਕੇ ਆਇਆ, ਪਲੀਜ਼ ਦੇਖ ਕੇ ਦੱਸ ਦਿਓ ਤੁਸੀਂ। ਤੇ ਤੁਸੀਂ ਉਹਨਾਂ ਨੂੰ ਦੱਸਿਆ ਨੀ ਕਿ ਵੀ ਤੁਸੀਂ ਇਹ ਜਿਹੜਾ ਪ੍ਰੋਸੀਜਰ ਦੱਸਿਆ ਕਿ ਚੈੱਕ ਕਰਾ ਲਓ, ਇਸ ਦਿਸ ਅ ਰੂਟੀਨ ਪ੍ਰੋਸੀਜਰ ਆ ਕਿ ਮੇਰਾ ਕੋਈ ਖਾਸ, ਮੇਰਾ ਉੱਥੇ ਕੋਈ ਮਾਮਾ ਚਾਚਾ ਲੱਗਿਆ ਜੀ, ਦਰਬਾਨ ਬੈਠਾ ਜੀ, ਮੇਰਾ ਅੰਦਰ ਚੈੱਕ ਕਰਕੇ ਦੇ ਦੇਗਾ? ਬਿਲਕੁਲ, ਤੁਸੀਂ ਸਹੀ ਕਹਿ ਰਹੇ, ਲੇਕਿਨ ਇੱਕ ਚੀਜ਼ ਹੈ, ਮੈਂ ਹੁਣ ਇਸ ਚੀਜ਼ ਨੂੰ ਵੈਰੀਫਾਈ ਕਰਨਾ ਚਾਹੁੰਦਾ ਇਸ ਤੋਂ ਪਹਿਲੇ ਕਿ ਉਹ ਮੈਨੂੰ ਪੇਮੈਂਟ ਕਰਾਂ, ਤੇ ਉਹਦੇ ਉੱਤੇ ਕੀ ਹੈ? ਨਹੀਂ ਨਹੀਂ, ਉਹ ਠੀਕ ਹੈ, ਜੋਬ ਆਫਰ ਤੁਸੀਂ ਉਹ ਦੇ ਰਿਹਾ, ਪੈਸੇ ਉਹ ਕਮਾ ਰਿਹਾ, ਚੈੱਕ ਮੈਂ ਕਰ ਰਿਹਾ, ਦੇਖੋ ਕਮਾਲ ਦੀ ਗੱਲ ਹੈ ਕਿ ਨਹੀਂ? ਉਹ ਤੇ ਮੈਂ ਉਹਨੂੰ ਕੁਐਸਚਨ ਕੀਤਾ ਹੈ ਕਿ ਮਤਲਬ ਮੈਂ ਮੇਕ ਸ਼ੋਰ ਨਹੀਂ ਹੈ। ਦਿਖਾਓ LMIA, ਦਿਖਾਓ WhatsApp, ਦਿਖਾਓ WhatsApp ਤੇ ਆਇਆ ਨਹੀਂ ਕੁਝ, ਪਲੀਜ਼, ਆ ਗਿਆ? ਯੂ ਡਿਡਨਟ ਸੈਂਡ, ਆਇਆ ਨਹੀਂ ਤਸਵੀਰ, ਮੈਂ ਮੇਰੇ ਮੋਬਾਈਲ 'ਚ ਮੈਂ ਸੈਂਡ ਕਰਨਾ ਪਏਗਾ, ਇੱਥੋਂ ਹੀ ਮੈਨੂੰ ਕਰਨਾ ਪਏਗਾ, ਮੈਨੂੰ ਥੋੜ੍ਹਾ ਜਿਹਾ ਸਵਿਚ ਔਨ ਕਰਨਾ ਪਏਗਾ ਆਪਣਾ ਕੈਮਰਾ। ਯਾ, ਇਨ ਦੈਟ ਕੇਸ ਵੀ ਵਿਲ ਹੈਵ ਟੂ, ਦ ਰਿਕਾਰਡਿੰਗ ਵਿਲ ਬੀ ਸਟਾਪਡ, ਸੋ ਆਈ ਗੈਸ ਵੀ ਵਿਲ ਹੈਵ ਟੂ ਸਟਾਰਟ ਆਲ ਓਵਰ ਅਗੇਨ, ਸੋ ਦੈਟਸ ਅ ਪ੍ਰੋਬਲਮ, ਬਟ ਐਨੀਵੇ ਦੈਟਸ ਓਕੇ, ਤੁਸੀਂ LMIA ਰੱਖੋ ਆਪਣੇ ਕੋਲ ਅਗਰ ਜੇ ਹੈ, LMIA ਚੈੱਕ ਕਰਨਾ ਨਹੀਂ ਕਰਨਾ, ਅਤੇ ਦੇਖੋ ਇਸ ਤਰ੍ਹਾਂ ਹੈ ਕਿ ਆਈ ਡੋਂਟ ਥਿੰਕ ਐਮਬੈਸੀ ਕੈਨ ਚੈੱਕ ਦ LMIA ਆਫ ਐਨੀਥਿੰਗ, ਕਿਉਂਕਿ ਐਮਬੈਸੀ ਤਾਂ ਕਹੇਗੀ ਤੁਸੀਂ ਐਪਲੀਕੇਸ਼ਨ ਫਾਈਲ ਕਰੋ, ਵਰਕ ਪਰਮਿਟ ਫਾਈਲ ਕਰੋ, ਫਿਰ ਕੋਈ ਡਾਕੂਮੈਂਟ ਉਹਦੇ ਵਿੱਚ ਕੋਈ ਨਿਕਲੇਗਾ, ਕੋਈ ਨਕਲੀ ਅਸਲੀ ਨਿਕਲੇਗਾ, ਫਿਰ ਦੇਖੀ ਜਾਏਗੀ। ਇਸ ਤਰ੍ਹਾਂ ਦੀ ਉਹਨਾਂ ਦੀ ਕੋਈ ਕੋਈ ਸਰਵਿਸ ਨਹੀਂ ਹੈ ਕਿ ਬਾਹਰ ਜੀ ਉੱਥੇ ਕੋਈ ਕੋਈ ਬੈਠਾ ਹੈ ਜੀ ਦਰਬਾਨ, ਉਹ ਦੇਖ ਕੇ ਦੱਸ ਦੇਗਾ ਜੀ ਵੀ LMIA ਕਿੱਥੋਂ ਆਇਆ ਜੀ, ਅਸਲੀ ਹੈ ਨਕਲੀ ਹੈ। ਆਈ ਡਾਊਟ ਕਿ ਇਫ ਦੇ ਕੈਨ ਹੈਲਪ ਯੂ ਆਊਟ ਦੈਟ ਵੇ। ਦੂਸਰਾ ਹੈ ਕਿ ਸਾਰੀ ਫੀਸ, ਟੋਟਲ ਫੀਸ ਹੈ ਜਿਹੜੀ ਜੋਬ ਲਗਵਾਉਣ ਦੀ ਫੀਸ ਕਿੰਨੀ ਲੈ ਰਹੇ ਹੈ ਤੁਹਾਡੇ ਤੋਂ?
$100 ਮੇਰੇ ਕੋਲ ਐਸੀ ਕੋਈ ਫੀਸ ਡਿਮਾਂਡ ਨਹੀਂ ਕੀਤੀ ਔਰ ਉਹਨੇ ਮੇਰੇ ਕੋਲ ਇੱਕ ਕੰਪਨੀ ਦਾ ਜੌਬ ਆਫਰ ਲੈਟਰ ਵੀ ਹੈ ਮੇਰੀ ਰਿਕੁਐਸਟ ਨੌਕਰੀ ਤੋਂ ਬਾਅਦ ਕਿੰਨੀ ਫੀਸ ਲੈਣੀ ਹੈ ਕੋਈ ਫੀਸ ਨਹੀਂ ਹੈ ਸਟੇਟ ਫਾਰਵਰਡ ਜਿਹੜੀ ਐਪਲੀਕੇਸ਼ਨ ਫੀਸ ਹੈ $1200 ਔਰ ਸਮਥਿੰਗ 12 ਮਤਲਬ ਕਿ ਟੋਟਲ $1200 ਤੇ ਤੁਹਾਨੂੰ ਵੀਜ਼ਾ ਮਿਲ ਕੇ ਤੁਸੀਂ ਕੈਨੇਡਾ ਪਹੁੰਚ ਜਾਓਗੇ ਹਾਂ ਹਾਂ ਬਿਲਕੁਲ ਉਹ ਮੈਨੂੰ ਇਹ ਵੀ ਕਹਿ ਰਿਹਾ ਕਿ ਅਗਰ ਤੂੰ ਅਪਲਾਈ ਕਰਨਾ ਚਾਹੁੰਦਾ ਹੈ ਮੇਰੇ ਕੋਲ ਤੂੰ ਨਾ ਕਰਵਾ ਤੂੰ ਉੱਥੋਂ ਹੀ ਇੱਥੇ ਦੀ ਅੰਬੈਸੀ ਚੋਂ ਕਰਵਾ ਦੇ ਬਸ ਮੇਰੀ ਜਿਹੜੀ ਕੰਸਲਟੇਸ਼ਨ ਫੀਸ $100 ਹੈ ਉਹ ਤੂੰ ਇਹਨਾਂ ਸਾਰੀ ਚੀਜ਼ਾਂ ਨੂੰ ਆਪਣਾ ਕਵਰ ਅਪ ਕਰਕੇ ਮੈਂ ਕਿਹਾ ਉਸ ਵਕਤ ਤੱਕ ਨਹੀਂ ਆਗਾ ਅਗਰ ਮੇਰੀ ਕੰਪਨੀ ਜੌਬ ਆਫਰ ਲੈਟਰ ਹੈ ਹਾਂ ਕੰਮ ਤੁਹਾਡਾ ਸਿਰੇ ਚੜ ਗਿਆ ਤਾਂ ਮਤਲਬ ਜੇਕਰ ਤੁਸੀਂ $1200 ਵਿੱਚ ਅਗਰ ਜੇ ਵੀਜ਼ਾ ਲੈ ਗਏ ਫਿਰ ਤੇ ਤੁਹਾਡੇ ਬੱਲੇ ਬੱਲੇ ਵੀ ਜੀ ਤੁਹਾਡੀ ਤੇ ਲਾਟਰੀ ਜਿੱਤ ਗਏ ਫਿਰ ਤੇ ਤੁਸੀਂ ਵਾਕਈ ਤੁਸੀਂ ਲਾਟਰੀ ਜਿਸ ਤਰ੍ਹਾਂ ਉਹ ਮਿਲੀਅਨ ਲੋਟੋ ਜੀ ਹਾਂ ਬਿਲਕੁਲ ਫਿਰ ਤੇ ਤੁਸੀਂ ਬੁਰਜ ਖਲੀਫਾ ਤੇ ਜਾ ਕੇ ਤੁਸੀਂ ਜਿਹੜਾ ਦਾਣਾ ਮਾਰ ਕੇ ਦੱਸੋ ਲੋਕਾਂ ਨੂੰ ਕਿ ਵੀ ਦੇਖੋ ਲੋਟਰੀ ਦੇ ਕੇ ਆਏ ਆਪਾਂ ਪਰ ਅਗਰ ਤੇ ਅਸਲੀ ਹੈ ਦੈਨ ਇਟਸ ਵੰਡਰਫੁਲ ਫਿਰ ਤੇ ਕੋਈ ਗੱਲ ਹੀ ਨਹੀਂ ਮੈਨੂੰ ਤੇ ਮਤਲਬ ਕਿ ਤੁਸੀਂ ਪਹਿਲੇ ਹੋ ਐਪਲੀਕੈਂਟ ਜਿਹੜਾ $1200 ਵਿੱਚ ਪੂਰਾ ਪੂਰਾ ਡਾਕੂਮੈਂਟ ਲੈ ਕੇ ਵੀਜ਼ਾ ਲੈ ਕੇ ਤਿਆਰੀ ਚੱਲ ਰਹੀ ਤੁਹਾਡੀ ਤੇ ਇਟਸ ਵੰਡਰਫੁਲ ਅਗਰ ਹੈ ਬਾਕੀ ਇਸ ਤੋਂ ਪਹਿਲਾਂ ਉਹਨਾਂ ਨੇ ਕਿਸੇ ਦਾ ਵੀਜ਼ਾ ਲਗਵਾਇਆ ਨਹੀਂ ਕੈਨੇਡਾ ਜੀ ਕੰਸਲਟੈਂਟ ਹੈ ਇਹ ਕੰਸਲਟੈਂਟ ਹੋਏਗਾ ਇਸ ਤੋਂ ਪਹਿਲਾਂ ਅੱਜ ਪਹਿਲੀ ਕਿੰਨੇ ਸਾਲ ਤੋਂ ਕੰਮ ਕਰ ਰਿਹਾ ਹੈ ਮਤਲਬ ਕਿ ਅੱਜ ਕੰਮ ਸ਼ੁਰੂ ਕੀਤਾ ਹੈ ਉਹਨਾਂ ਨੇ ਕਿ ਕਈ ਸਾਲ ਤੋਂ ਪਹਿਲਾਂ ਵੀਜ਼ਾ ਲਗਵਾਇਆ ਕਿਸੇ ਦੇ ਇਸ ਇਹਦੀ ਇੰਨੀ ਮੇਰੇ ਕੋਲ ਨਹੀਂ ਇਨਫੋਰਮੇਸ਼ਨ ਹੈ ਇਨਫੋਰਮੇਸ਼ਨ ਹੈ ਕਿ ਮਤਲਬ ਫੇਸਬੁੱਕ 'ਚ ਦੇ ਬਾਕੀ ਪੇਜ ਵਗੈਰਾ ਨੇ ਸਾਰਾ ਕੁਝ ਹੈ ਫ੍ਰੀ ਕੰਸਲਟੈਂਟ ਹੈ ਸੀ ਕੈਨੇਡੀਅਨ ਨੰਬਰ 'ਚ ਠੀਕ ਬਸ ਉਹ ਹਾਂ ਬਿਲਕੁਲ ਉਹ ਫਿਰ ਮੈਂ ਉਹ ਇੱਕ ਵੈਰੀਫਾਈ ਕਰਨਾ ਚਾਹੁੰਦਾ ਸੀ ਮੈਂ ਕਿਹਾ ਜੇ ਤਾਂ ਮੇਰੀ ਕੰਪਨੀ ਦਾ ਉਸ ਕੰਪਨੀ ਦਾ ਜਿਹੜਾ ਮੇਰਾ ਜੋਬ ਆਫਰ ਲੈਟਰ ਹੈ ਉਹ ਮੇਰੀ ਕੰਪਨੀ ਮੇਰੇ ਨਾਲ ਕੰਟੈਕਟ ਕਰੇ ਆਖਿਰ ਉਹ ਇੱਕ ਮੈਨੂੰ ਜੋਬ ਆਫਰ ਲੈਟਰ ਮੇਰਾ ਸਿਗਨੇਚਰ ਹੈ ਔਰ ਮੇਰੇ ਉਹਨਾਂ ਕੋਈ ਕਮਿਊਨੀਕੇਸ਼ਨ ਨਹੀਂ ਹੋਈ ਉਹ ਫਿਰ ਮੈਂ ਇੱਕ ਚੀਜ਼ ਨੂੰ ਉਹ ਫਿਰ ਮੈਂ ਤੁਹਾਡੇ ਨਾਲ ਗੱਲ ਕਰਨ ਦਾ ਮਕਸਦ ਇਹ ਸੀ ਕਿ ਮੈਂ ਇਸ ਤੋਂ ਪਹਿਲੇ ਕਿ ਮੈਂ ਕੇਸ ਪ੍ਰੋਸੀਡ ਕਰਾਂ ਅਤੇ ਕੋਈ ਐਸਾ ਕੋਈ ਅਸਿਸਟੈਂਸ ਹੈ ਕਿ ਉਹ ਚੈੱਕ ਕਰਨ ਦੀ ਇੱਕ ਤਾਂ ਇਹ ਕਿ ਕੰਪਨੀ ਨਾਲ ਡਾਇਰੈਕਟ ਕਾਲ ਕਰ ਲਓ ਜਾਂ ਈਮੇਲ ਕਾਲ ਕਰ ਲਓ ਤੁਸੀਂ ਆਪ ਕਾਲ ਕਰੋ ਨਾ ਉਹਨਾਂ ਦੇ ਨਾਲ ਤੁਹਾਡੇ ਕੋਲ ਨੰਬਰ ਅਗਰ ਹੈ ਇੰਪਲੋਇਰ ਦਾ ਨੰਬਰ ਹੈ ਇੰਪਲੋਇਰ ਦਾ ਨੰਬਰ ਦੇਖ ਕਰ ਰਿਹਾ ਪੁੱਛ ਲਓ ਪੁੱਛ ਕੇ ਜਾਂ ਔਨ ਦਰ ਗੂਗਲ ਤੇ ਸਰਚ ਕਰਕੇ ਉਹਨਾਂ ਨੂੰ ਡਾਇਰੈਕਟਲੀ ਕਾਲ ਕਰੋ ਡੈਫੀਨੇਟਲੀ ਔਰ ਦੂਸਰਾ ਬਿਲਕੁਲ ਇਸ ਤਰ੍ਹਾਂ ਹੀ ਹੈ ਉਹਨੇ ਮੈਨੂੰ ਇਸ ਤਰ੍ਹਾਂ ਹੀ ਕਿਹਾ ਕਿ ਅਗਰ ਤੂੰ ਅਪਲਾਈ ਕਰਨਾ ਚਾਹੁੰਦਾ ਹੈ ਮੇਰੇ ਥਰੂ ਕਰਨਾ ਚਾਹੁੰਦਾ ਤੂੰ ਕਰ ਸਕਦਾ ਹੈ ਬਾਕੀ ਤੂੰ ਇੱਥੋਂ ਮੈਸੇਜ ਕਰ ਸਕਦਾ ਬਟ ਹੈ ਕਿ ਮੇਰੀ ਜਿਹੜੀ ਫੀਸ ਹੈ ਔਰ ਇਹ ਉਹ ਸਾਰਾ ਕੁਝ ਹੈ ਅਤੇ ਉਹ ਮੈਨੂੰ ਬੜਾ ਕੁਝ ਸਰਪ੍ਰਾਈਜ਼ ਲੱਗ ਰਿਹਾ ਸੀ ਮੈਂ ਕਿਹਾ ਇਸ ਤਰ੍ਹਾਂ ਵੀ ਹੁੰਦਾ ਫ੍ਰੀ ਆਫ ਕੋਸਟ ਇਹ ਕੰਮ ਹੁੰਦੇ ਨੇ ਅਤੇ ਸਰ ਜੀ ਇਹਦਾ ਤੁਹਾਡੀ ਤੁਹਾਡੀ ਤੁਹਾਡੇ ਨਾਲ ਕੋਈ ਦੋਸਤੀ ਵਗੈਰਾ ਹੋਏਗੀ ਤੁਹਾਡੇ ਜਾਂ ਕੋਈ ਹੋਰ ਕੋਈ ਪੁਰਾਣੇ ਕੋਈ ਜਿਹੜੇ ਰਿਸ਼ਤੇਦਾਰ ਆ ਰਹੇ ਹੈ ਜਿਹੜੇ ਪਿਆਰ ਮੁਹੱਬਤ ਤੁਸੀਂ ਪਾਈ ਹੋਈ ਹਰ ਜਗ੍ਹਾ ਉਹ ਇੱਕ ਦੋਸਤਾਨਾ ਨਿਕਲ ਕੇ ਆ ਰਿਹਾ ਠੀਕ ਹੈ ਵੰਡਰਫੁਲ ਅਗਰ ਜੇ $100 ਲੈ ਕੇ ਫਿਰ 1200 ਦੇਖ ਕੇ ਅਗਰ ਜੇ ਵਰਕ ਵੀਜ਼ਾ ਮਿਲ ਗਿਆ ਤੁਹਾਨੂੰ ਯੂ ਗਾਟ ਦ ਲੋਟਰੀ ਇੱਥੇ ਤੇ ਕਈ ਵਾਰ ਮਾਰਕੀਟ ਦੇਖ ਲਓ ਤੁਸੀਂ ਦੁਬਈ ਦੇਖ ਲਓ ਜਾਂ ਪਾਕਿਸਤਾਨ ਹਿੰਦੁਸਤਾਨ ਜਿੱਥੇ ਮਰਜ਼ੀ ਦੇਖ ਲਓ ਕਿ ਮਾਰਕੀਟ ਰੇਟ ਤੇ $40,000 ਰੱਖਿਆ ਲੋਕਾਂ ਨੇ ਏਜੰਟਾਂ ਨੇ ਬਿਲਕੁਲ ਬਿਲਕੁਲ ਐਕੂਰੇਟਲੀ ਹਾਂ ਬਸ ਸੋਈ ਉਹਨੇ ਕਿਹਾ ਕਿ ਮੇਰੀ ਤੇ ਨਾ ਪ੍ਰੀਤ ਤੇ ਅੱਛਾ ਲੱਗਿਆ ਤੇਰੀ ਇੰਪ੍ਰੈਸ ਹੋਇਆ ਤੇ ਜੀ ਵਾਹ ਬਾਕੀ ਉਹਨੇ ਮੈਨੂੰ ਤੇ ਐਮਬੈਸੀ ਦਾ ਰਸਤਾ ਵਿਖਾਇਆ ਕਿ ਤੂੰ ਡਾਕੂਮੈਂਟਸ ਲੈ ਕੇ ਉੱਥੇ ਜਾ ਕੇ ਅਪਲਾਈ ਕਰ ਤੇ ਬਾਕੀ ਮੈਨੇ ਕਿਹਾ ਕਿ ਮੇਰੇ ਕੰਪਨੀ ਨਾਲ ਮੇਰਾ ਅੱਜ ਤੱਕ ਕਨਫਰਮੇਸ਼ਨ ਹੀ ਹੋਈ ਕਹਿ ਰਿਹਾ ਸੀ ਇੱਕ ਦੋ ਦਿਨ ਦੇ ਨਾਲ ਕਨਫਰਮੇਸ਼ਨ ਹੋ ਜਾਏਗੀ ਤੇ ਈਮੇਲ ਹੋ ਜਾਏਗੀ ਐਸੇ ਵੈਸੇ ਕੋਈ ਫਰਾਡ ਨਹੀਂ ਮੈਂ ਤੈਨੂੰ ਕੁਛ ਨਹੀਂ ਲੈ ਰਿਹਾ ਬਾਕੀ ਤੂੰ ਜਾ ਕੇ ਅਪਲਾਈ ਕਰ ਔਰ ਦੂਸਰਾ ਉਸ ਤੋਂ ਬਾਅਦ ਤੂੰ ਅਗਰ ਤੂੰ ਸੈਟੀਸਫਾਈ ਹੈ ਤਾਂ ਮੇਰੀ ਮੇਰੀ ਫੀਸ ਦੇ ਦੇ ਇਹ ਮੇਰੀ ਗੱਲ ਹੈ ਜੇ ਮੈਂ ਸਰਪ੍ਰਾਈਜ਼ ਹਾਂ ਸਰਪ੍ਰਾਈਜ਼ ਸਰਪ੍ਰਾਈਜ਼ ਤੁਸੀਂ ਵੀ ਹੋ ਰਹੇ ਹੋ ਸਰਪ੍ਰਾਈਜ਼ ਮੈਂ ਵੀ ਹੋ ਰਿਹਾ ਜਦ ਤੱਕ LMI ਇਹ ਸਮਝ ਨਹੀਂ ਆਏਗਾ ਇਹ ਗੱਲਾਂ ਹੀ ਰਹਿਣਗੀ ਜਦ ਤੱਕ LMI ਜਾਂ ਤੁਸੀਂ ਮੈਨੂੰ ਈਮੇਲ ਕਰ ਦਿਓ ਜਾਂ ਕਿਤੇ ਹੋਰ ਨਹੀਂ ਪਿਆ LMI ਇਹ ਤੁਹਾਡੇ ਫੋਨ ਤੇ ਜਾਂ ਬਾਹਰ ਨਹੀਂ LMI ਹੈ ਮੈਂ ਤੁਹਾਨੂੰ ਬਿਲਕੁਲ ਈਮੇਲ ਕਰ ਦੇਣਾ ਤੁਹਾਨੂੰ ਔਰ WhatsApp 'ਚ ਵੀ ਕਰ ਦੇਣਾ ਜਿੰਨੇ ਵੀ ਮੇਰੀ ਕਰਸਪੋਂਡੈਂਟਸ ਨੇ ਦੇ ਰਿਲੇਟਡ ਇਸ ਤੋਂ ਪਹਿਲੇ ਮੇਰਾ ਡਿਕਲੇਰੇਸ਼ਨ ਫਾਰਮ ਨਹੀਂ ਬੈਕਗ੍ਰਾਉਂਡ ਨਹੀਂ ਸਾਡਾ ਪ੍ਰੋਬਲਮ ਹੈ ਕਿ ਸਾਡੀ ਕਨਵਰਸੇਸ਼ਨ ਟੁੱਟ ਜਾਣੀ ਹੈ ਫਿਰ ਗੱਲਬਾਤ ਖਤਮ ਹੋ ਜਾਏਗੀ ਮੈਂ ਔਨ ਦਾ ਸਪੋਟ ਰਾਈਟ ਨਾਓ ਈਮੇਲ ਦੇ ਕੇ ਤੁਹਾਨੂੰ ਯੈਸ ਨੋ ਤੁਹਾਨੂੰ ਦੱਸ ਦਿਆਂਗਾ ਲੇਕਿਨ ਤੁਸੀਂ ਹੁਣ ਆਪਾਂ ਇਹ ਫੋਨ ਕਾਲ ਕਨਵਰਸੇਸ਼ਨ ਕੱਟਾਂਗੇ ਫਿਰ ਉਹ ਈਮੇਲ ਆਏਗੀ ਉਹਦੇ ਬਾਅਦ ਦੁਨੀਆ ਨੂੰ ਪਤਾ ਨਹੀਂ ਚੱਲੇਗਾ ਕਿ ਵੀ ਤੁਹਾਡੇ ਕੋਲ ਅਸਲੀ ਚੀਜ਼ ਹੈ ਕਿ ਨਹੀਂ ਠੀਕ ਹੈ we need to see the LMI right now as I'm talking to you ਜਿਸ ਤਰ੍ਹਾਂ ਤੁਹਾਡੇ ਨਾਲ ਗੱਲ ਹੋ ਰਹੀ ਇਸ ਵਕਤ ਸਾਹਮਣੇ ਮੇਰੇ LMI ਹੋਣਾ ਚਾਹੀਦਾ ਜ਼ਰੂਰ ਸੋ LMI ਹਾਂ I wasn't prepared that you know ਉਹ ਸਰ ਜੀ ਤਿਆਰੀ ਕਰ ਰਹੇ ਹੋ ਕੈਨੇਡਾ ਜਾਣ ਦੀ ਹੁਣ ਤਿਆਰੀ ਕਮਰ ਕਸ ਲਓ ਤੁਸੀਂ ਹੁਣ ਪ੍ਰਿਪੇਰੇਸ਼ਨ ਕਰ ਲਓ ਸੋ ਬਾਕੀ ਦੈਟਸ ਓਕੇ ਯੂ ਨੋ $1200 $100 ਇਟਸ ਨਾਟ ਅ ਬਿਗ ਅਮਾਊਂਟ ਆਈ ਹੋਪ ਇਟਸ ਰੀਅਲ ਅਗਰ ਜੇ ਨਕਲੀ ਹੈ ਤੇ 1200 ਉਹਨਾਂ ਨੇ ਕਮਾਈ ਕਰ ਲੈਣੀ ਤੁਹਾਡੇ ਤੋਂ ਪਹਿਲੇ $100 ਤੋਂ ਕਮਾਈ ਕਰਨੀ ਚਲੋ ਦੈਟਸ ਵਾਈ ਬਾਕੀ ਕੰਸਲਟੈਂਟ ਦਾ ਕੋਈ ID ਨੰਬਰ ਹੈ ਕੋਈ ਨਾਮ ਹੈ ਕੋਈ ਕੰਸਲਟੈਂਟ ਦਾ ਕੋਈ ਫੋਨ ਨੰਬਰ ਹੈ
कंसल्टेंट का फोन नंबर बोलो जरा, बोलो कंसल्टेंट का फोन नंबर बोलो सर, अनफॉर्चुनेटली सब कुछ इस मोबाइल से है, तो बिल्कुल अगर सर मैं जी, थोड़ा सारी सा दुनिया नु पिटा रहे हैं तुसी मोबाइल से बंद करके रखे हैं मोबाइल, क्या उदा तो नाम नाम फोन नंबर कंपनी का कुछ पता है कि नाम बोलो दा बिल्कुल नाम नाम की है वो नाम हॉलैंड है, विंसेंट डोनाल्ड, ठीक जी, है, की है नाम है की विंसेंट डोनाल्ड, विंसन डोनेल्ट, यस, एड्रेस की है, एड्रेस कितने है एड्रेस है ओहियो कनाडा, जी, ओहियो कनाडा की व्हाट समथिंग, की कह रहे हो। ओहियो कनाडा, ओहियो स्टेट है ओ आई थिंक, सर जी भाई, बस बस बस, इतने विंसेंट का राज खुल गए, ये तो ये नकली है कम। अच्छा ओहायो तो कनाडा च है ही नहीं, ओहायो तो अमेरिका से है सर जी, तुसी कितने लगे हो। मेरे ख्याल कोई ना कोई काला पीला कोई बंदा बैठा होगा फेसबुक पे, डेफिनेटली वो कोई जाके सर, जाल मछली फंसा रहा, उन्हें तो 1200 की कमाने, उन्हें $100 कमा के अपना पासे हो जाना, सौ सौ बिल्कुल डॉलर इस पर, सर जी, अगर दिहाड़ी चेकर $100 बन गया उन्हें तो बहुत बढ़िया फिर थे। बिल्कुल बिल्कुल 100%, सो मैं ये नकली है, ओहायो इज नॉट इन कैनेडा, विंसन डॉलर नाम का ये शख्स जरा है ना, ये नकली नाम मैनू लग रहा है पहली गल। सो ये नकली है कम, इतने मैं थोड़ी जी कंक्लूजन तुम निचोड़ देना कि भी इतने कुछ निकलना नहीं जबरदस्त, मैं बाकी। ऐसे कोई सर, मैं हाँ ऐसे कोई ख्वाब नहीं देख रहा, मैं बड़े जड़े बिल्कुल तो अंडल कर रहे हैं, माशाल्लाह तुसी एक्सपीरियंस और बड़े जबरदस्त किस्म के आइडियाज हैं, एडवाइस कर दे, तो इस से मैं जरूरी समझिया कि मैं इन सारे चक्करों से पहले मैं एक दफा फ्री ऑफ बहुत माइंड हो बहुत बढ़िया, जी। तो देखकर मेरे एक साथी इतने काम करते हैं जिथे मैं रहना, बिल्कुल ताड़ी वाल की शक्ल बिल्कुल सेम शक्ल मैं याद आ रही है उन्होंने, तो उन्हों का नाम भी मैं चलो हूँ इतने नहीं कर दसदा, पर मैं लग रहा है कि सामने वही खड़े हैं मेरे बस हर बंदे दे, एक बंदे दे साथ शक्ल होती है ना, समझो कि दूसरा मैं ही बैठा है क्यों जी, जबरदस्त बिल्कुल 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 बिल्कुल। बाकी सब ठीक है, दुबई वाला सब ठीक, काम चल रहा है, ठीक ठाक है, है। अच्छा शुक्र अच्छा चलो सर जी, इतने ओहायो ये जरा ओहायो तो राज सारा पर्दाफाश हो गया उन्होंने, सारा सब खुल गया राज, जरूर, सो कुछ निकलना नहीं, उतो तुसी उन्होंने गलबात अपना करी चलो, मस्तियां करी चलो, देखता हूँ की कर रहे हैं $100 तुसी, या तो उन्होंने विंसेंट डॉलर नु ऐसा कह देना, विंसेंट डॉलर नु कह देना कि भाई तुसी इदा करना, उन्होंने कहना कि भाई मैं सारा चेक कर लिया तो $100 तुम्हें देने हैं, $100 तुम्हें मैं हाथ से पड़ा के जावा या तुम्हें चेक मेल कर दें। बिल्कुल बिल्कुल सही कह रहे हो तुसी जरा तुसी इदा करो, उन विंसेंट डोनल्ड नु कहना कि भाई तुहानू असी $100 देने हैं, ते तुसी दसो कनाडा कित्थे बैठे हो, तुहाडा कोई फोन नंबर है, अकाउंट नंबर है कोई, या कोई ना कोई होएगा बिल्कुल तैनूं बिल्कुल पता कोई, सर, ते उधर हाँ अकाउंट नंबर उन्होंने मैंने दिता है, उधर मोबाइल नंबर है कनाडा का, उन्होंने दियो कहा मेरा दियो दोस्त, दियो मोबाइल नंबर दियो फिर। मोबाइल नंबर भी मैं तुम्हें बिल्कुल दांग, कहता मैंनू फोन कर दे, उधर नंबर दे, जरा तेरा दोस्त है मैंने ओ आके सर जी कनाडा हुने दिता, दो, हुने मैं करता फोन, लियाओ गिव मी द नंबर राइट नाउ। बिल्कुल सर जी मैं तुम्हें सारा कुछ दे देंगे, नहीं नहीं लेकिन मेरे होने दे को दो सर जी, देरी का दिन नहीं मोबाइल होने से, रा, और सर अच्छा वो भी मोबाइल से बंद है सब, माय गॉड सारी दुनिया तुसी ताड़ी मोबाइल से बंद की थी, सो वी कैन नॉट गेट द नंबर राइट नाउ, अगर ते नंबर अगर मिलता ते वी कैन कॉल देम राइट नाउ एंड टॉक टू देम राइट नाउ व्हाइल आई एम टॉकिंग टू यू, सो चलो दैट्स ओके, अगर चलो किस्मत है विंसेंट डोनाल्ड दी भी। आवाज आ रही ओके सर, ठीक है ठीक है ठीक ठीक है, चलो जी मुशरफ मलिक बहुत वधिया लगया, ते तुहाडे शहर च भी मेरे ख्याल जनरल मुशरफ भी इतने रहिंदे मेरे ख्याल, नहीं है साढ़े बाजू च रहते हैं अपने हाँ मुशरफ साहब, अच्छा मिलके मिलते मिलके आए कदे कि नहीं। रहते हैं थोड़े तो, असी तो थोड़े राह खोलते ने अपने पंजाब से, असी आप ही ओके हाँ पंजाब दे लाहौर दे, हाँ हाँ वो दे चलो, मैं तो कई बार उन्हें इंटरव्यू वाला देखता ना, तो एक्चुअली मैंने पता है उत्थे ही रहिंदे कि। बड़े भरा आते हैं थोड़े, साढ़े उत्ते पंजाब से आते हैं हाँ जी गुरुद्वारे, हाँ तो हाँ जी हाँ जी बड़ी नहीं शफकत पानी मैं इतने दुबई भी आया हूँ एक दो बार, एक्चुअली दुबई भी मैं सेमिनार किया है एक बार, तुहाडे जिहड़े बुर्ज खलीफा के सामने एक होटल हैगन बर्गर होटल है उत्थे किया मैं, सो जबरदस्त, दूसरी बार एक उत्थे ठहरा सी मैं एक्चुअली, रमाडा होटल है बिल्कुल बुर्ज, जिहड़े जिहड़े मच्छियां नहीं तैरदी तुहाडे दुबई मॉल से जिथे वड्डी वड्डी मछलियां है, और जिहड़े एक फाउंटेन है जिहड़े डांसिंग वाला, वो सामने बिल्कुल होटल है सर, उत्थे ठहरा सी मैं, इट्स अ नाइस प्लेस। वेलकम वेलकम सर, अगेन एनी टाइम सर आओ सर, मेरे मुश्किल ठीक है नहीं ठीक है, चलो जी मुशर्रफ साहब थैंक यू वेरी मच, थैंक यू फॉर टाइम, यू वेलकम सर, थैंक यू सो मच फॉर गिविंग टाइम, थैंक यू।